ਸਤਿ ਸ਼੍ਰੀ ਅਕਾਲ ਜੀ, ਸਿਤਾਰੇ ਕੀ ਕਹਿੰਦੇ ਆ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ, ਮੈਂ ਆਪ ਸਭ ਨਾਲ ਜਸੀਮਾ। ਕਹਿੰਦੇ ਆ ਕਿ ਪਰਮਾਤਮਾ ਨੇ ਹਰ ਚੀਜ਼ ਬਹੁਤ ਅੱਛੀ ਬਣਾਈ ਹੈ ਅਤੇ ਉਸ ਤੋਂ ਬਿਨਾਂ ਪੱਤਾ ਵੀ ਨਹੀਂ ਦਿੰਦਾ, ਅਤੇ ਵੱਡੀਆਂ ਵੱਡੀਆਂ ਪਰੇਸ਼ਾਨੀਆਂ ਅਤੇ ਛੋਟੀਆਂ ਛੋਟੀਆਂ ਖੁਸ਼ੀਆਂ, ਅਤੇ ਵੱਡੀਆਂ ਵੱਡੀਆਂ ਖੁਸ਼ੀਆਂ ਅਤੇ ਛੋਟੀਆਂ ਛੋਟੀਆਂ ਪਰੇਸ਼ਾਨੀਆਂ। ਇਹ ਤਾਂ ਸਾਡੀ ਸੋਚ 'ਤੇ ਹੀ ਹੈ ਕਿ ਅਸੀਂ ਕਿਸ ਚੀਜ਼ ਨੂੰ ਵੱਡੇ ਤੌਰ 'ਤੇ ਲੈਂਦੇ ਹਾਂ ਅਤੇ ਕਿਸ ਨੂੰ ਛੋਟੇ ਤੌਰ 'ਤੇ ਲੈਂਦੇ। ਮੁਸੀਬਤ ਹਮੇਸ਼ਾ ਦਿਨ ਰਾਤ ਦੀ ਤਰ੍ਹਾਂ ਹੁੰਦੀ ਆ, ਅਤੇ ਇਸ ਨੂੰ ਅਸੀਂ ਜਿੰਨਾ ਹਲਕੇ ਦੀ ਤਰੀਨ ਲਈਏ ਓਨਾ ਹੀ ਸਾਡੇ ਸਰੀਰ ਨੂੰ ਸਹੀ ਅਸਰ ਕਰਦਾ, ਅਤੇ ਜਿੰਨਾ ਅਸੀਂ ਇਸਨੂੰ ਗੰਭੀਰਤਾ ਨਾਲ ਲੈਂਦੇ ਹਾਂ ਤਾਂ ਇੱਕ ਬਿਮਾਰੀ ਦੇ ਰੂਪ ਵਿੱਚ ਅੰਦਰ ਘਰ ਘਰ ਜਾਂਦੀ ਹੈ ਸੱਚਾਈ। ਤਾਂ ਹਮੇਸ਼ਾ ਇਹ ਸੋਚੋ ਕਿ ਵਕਤ ਹੈ, ਵਕਤ ਨੇ ਲੰਘ ਜਾਣਾ। ਇਹ ਸੀ ਅੱਜ ਦਾ ਸ਼ੁਭ ਵਿਚਾਰ। ਇਸੇ ਸ਼ੁਭ ਵਿਚਾਰ ਨਾਲ ਆਪਾਂ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ। ਜਾਣਾਂਗੇ ਪੰਚਾਂਗ, ਪੰਚਾਂਗ ਮੁਤਾਬਕ ਹੀ ਕੀ ਕਹਿੰਦੇ ਆ ਤੁਹਾਡੇ ਸਿਤਾਰੇ, ਮਤਲਬ ਸਿਤਾਰਿਆਂ ਮੁਤਾਬਕ, ਚੰਦਰ ਰਾਸ਼ੀ ਮੁਤਾਬਕ, ਬਾਕੀ ਗ੍ਰਹਿਆਂ ਦੇ ਲਗਨ ਦੇ ਮੁਤਾਬਕ ਆਪਾਂ ਚਰਚਾ ਕਰਾਂਗੇ, ਅਤੇ ਨੁਕਸਾਨ ਤੋਂ ਮਤਲਬ ਦਿਨ ਨੂੰ ਬੈਸਟ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਅੱਜ 16 ਜੁਲਾਈ 2024 ਦਿਨ ਹੈ ਮੰਗਲਵਾਰ ਦਾ। ਤਿਥੀ ਦੀ ਗੱਲ ਕਰੀਏ ਤਾਂ ਅੱਜ 10ਵੀਂ ਤਿਥੀ ਹੈ, ਯਾਨੀ ਚਾਨਣ ਪੱਖ ਦੀ, ਹਾੜ ਮਹੀਨੇ ਦੇ ਸ਼ੁਕਲ ਪੱਖ ਦੀ 10ਵੀਂ ਤਿਥੀ ਹੈ। 10ਵੀਂ ਤਿਥੀ ਬੜੀ ਸ਼ੁਭ, ਵੱਡੇ ਵਡੇਰਿਆਂ ਨੂੰ ਯਾਦ ਕਰਨਾ ਬੜਾ ਵਧੀਆ ਮੰਨਿਆ ਜਾਂਦਾ ਹੈ। ਅਤੇ ਅੱਜ ਜੋ ਮੰਗਲਵਾਰ ਵਾਲੇ ਦਿਨ ਦੇਖਿਆ ਜਾਵੇ ਤਾਂ ਸੰਗਰਾਂਦ ਵੀ ਹੈ। ਸੰਗਰਾਂਦ ਮਤਲਬ ਸੂਰਜ ਦਾ ਰਾਸ਼ੀ ਪਰਿਵਰਤਨ, ਸੂਰਜ ਦਾ ਕਰਕ ਰਾਸ਼ੀ ਵਿੱਚ ਜਾਣਾ, ਸਾਉਣ ਮਹੀਨੇ ਦੀ ਸ਼ੁਰੂਆਤ। ਹੁਣ ਦੇਖੋ, ਸਾਉਣ ਮਤਲਬ ਮੀਂਹਾਂ ਦਾ ਹੋਣਾ, ਅਤੇ ਚੰਦਰ ਪਾਣੀ ਦਾ ਕਾਰਕ, ਅਤੇ ਸੂਰਜ ਪਾਣੀ ਯਾਨੀ ਚੰਦਰਮਾ ਦੇ ਘਰ 'ਚ ਜਾ ਰਿਹਾ। ਐਵੇਂ ਹੀ ਥੋੜ੍ਹਾ ਮਹੀਨੇ ਬਣੇ ਆ, ਕੁਛ ਨਾ ਕੁਛ ਤਾਂ ਹਰ ਚੀਜ਼ ਦਾ ਲੌਜਿਕ ਹੁੰਦਾ ਹੀ ਆ। ਤਾਂ ਚੰਦਰ ਦੇ ਘਰ ਸੂਰਜ ਜਾਵੇਗਾ, ਅਤੇ ਨਾਲ ਸਾਉਣ ਮਹੀਨਾ ਸ਼ੁਰੂ ਹੋ ਜਾਵੇਗਾ, ਅਤੇ ਜੋ ਪੁੰਨਿਆਕਾਲ ਦਾ ਸਮਾਂ ਹੈ ਸਵੇਰੇ ਸੂਰਜ ਚੜ੍ਹਨ ਤੋਂ ਨਾਲ ਹੀ ਸ਼ੁਰੂ ਹੋ ਜਾਣਾ ਹੈ। ਤਾਂ ਤੁਸੀਂ ਦਾਨ ਪੁੰਨ ਧਾਰਮਿਕ ਸਥਾਨ 'ਤੇ ਜਾਣਾ, ਮੱਥਾ ਟੇਕਣਾ, ਦੇਖ ਕਰਾਉਣਾ, ਆਸ਼ੀਰਵਾਦ ਲੈਣਾ ਬਹੁਤ ਸ਼ੁਭ ਮੰਨਿਆ ਜਾਂਦਾ, ਅਤੇ ਉਸ ਤੋਂ ਵੀ ਜ਼ਿਆਦਾ ਸ਼ੁਭ ਕਿਸੇ ਜ਼ਰੂਰਤਮੰਦ ਦੀ ਮਦਦ ਕਰਨੀ ਹੁੰਦੀ ਹੈ ਨਾ, ਇਹ ਤੁਸੀਂ ਜਾਣਦੇ ਹੋ। ਚਲੋ, ਵਿਸਾਖਾ ਨਕਸ਼ੱਤਰ ਚੱਲ ਰਿਹਾ, ਗੁਰੂ ਦਾ ਨਕਸ਼ੱਤਰ, ਪੂਰਾ ਦਿਨ ਚੱਲੇਗਾ, ਅਤੇ ਤੁਲਾ ਰਾਸ਼ੀ ਵਿੱਚ ਚੰਦਰਮਾ ਸੀ, ਆਪਾਂ ਕੱਲ੍ਹ ਵੀ ਇਸ 'ਤੇ ਚਰਚਾ ਕੀਤੀ, ਅਤੇ ਅੱਜ ਸ਼ਾਮ ਤੱਕ ਤਕਰੀਬਨ 7:52 ਸ਼ਾਮ ਤੱਕ ਚੱਲੇਗਾ ਚੰਦਰਮਾ ਤੁਲਾ ਰਾਸ਼ੀ ਵਿੱਚ, ਅਤੇ ਉਸ ਤੋਂ ਬਾਅਦ ਵ੍ਰਿਸ਼ਚਿਕ ਰਾਸ਼ੀ ਵਿੱਚ ਚਲਾ ਜਾਏਗਾ। ਕਿੱਦਾਂ ਦਾ ਰਹੇਗਾ ਇਹ ਤੁਹਾਡਾ ਮਹੀਨਾ, ਜੋ ਆਪਾਂ ਕਹਿ ਦਈਏ ਕਿ ਸੂਰਜ ਦੇ ਰਾਸ਼ੀ ਪਰਿਵਰਤਨ ਕਰਕੇ ਸਾਉਣ ਦਾ ਮਹੀਨਾ, ਅਤੇ 10ਵੀਂ ਤਿਥੀ, ਬੜਾ ਵਧੀਆ ਦੇਣਾ ਅੱਜ। ਦੋਨੋਂ ਹੀ ਪਵਿੱਤਰ ਤਿਥੀਆਂ ਮੰਨੀਆਂ ਜਾਂਦੀਆਂ ਨੇ, ਕਿਸੇ ਵੀ ਕੰਮ ਨੂੰ ਸ਼ੁਰੂ ਕਰਨ ਦੇ ਲਈ ਬਹੁਤ ਹੀ ਸ਼ੁਭ ਫਲ ਦਿੰਦੇ ਆ 10ਵੀਂ ਦਾ ਦਿਨ, ਹੈ ਨਾ। ਅਤੇ ਸੂਰਜ ਚਲੇ ਗਿਆ ਜੀ ਕਰਕ ਰਾਸ਼ੀ ਵਿੱਚ, ਇਸ ਬਾਰੇ ਆਪਾਂ ਦੱਸਾਂਗੇ 12 ਰਾਸ਼ੀਆਂ ਨੇ ਕੀ ਕਰਨਾ ਅਤੇ ਕੀ ਨਹੀਂ ਕਰਨਾ ਸੰਗਰਾਂਦ ਦੇ ਦਿਨ 'ਤੇ ਖਾਸ। ਰਾਹੂ ਕਾਲ ਦਾ ਟਾਈਮ ਅੱਜ ਮੰਗਲਵਾਰ 'ਤੇ 3:00 ਸ਼ਾਮ ਨੂੰ 4:30 ਤੱਕ ਰਹੇਗਾ, ਸ਼ਾਮ ਨੂੰ 3:00 ਤੋਂ ਸ਼ੁਰੂ ਹੋ ਕੇ 4:30 ਤੱਕ ਰਹੇਗਾ। ਜਿਨ੍ਹਾਂ ਦਾ ਵੀ ਜਨਮਦਿਨ ਹੈ, ਜਿਨ੍ਹਾਂ ਦੀ ਵੀ ਸ਼ਾਦੀ ਦੀ ਸਾਲਗਿਰਾ ਹੈ, ਉਹਨਾਂ ਨੂੰ ਬਹੁਤ ਸਾਰੀਆਂ ਮੁਬਾਰਕਾਂ। ਵੈਸੇ ਹੀ ਸ਼ੁਭ ਦਿਨ ਹੈ, ਆਪਾਂ ਜਿੱਦਾਂ ਪਹਿਲਾਂ ਕਰਕੇ, ਸ਼ੁਭ ਦਿਨ ਤਾਂ ਹਰ ਕੋਈ ਹੁੰਦਾ, ਸੰਗਰਾਂਦ ਹੈ, ਸੂਰਜ ਰਾਸ਼ੀ ਪਰਿਵਰਤਨ ਕਰ ਰਿਹਾ, ਅਤੇ ਨਵਾਂ ਮਹੀਨਾ ਸ਼ੁਰੂ ਹੋਣ ਵਾਲਾ ਹੈ। ਅਤੇ ਕਹਿੰਦੇ ਆ ਸੰਗਰਾਂਦ ਨੂੰ ਪਹਿਲਾਂ ਭਾਗਾ ਭਰੀ ਕਿਹਾ ਜਾਂਦਾ ਸੀ, ਅਤੇ ਭਾਗਾ ਭਰੀ ਸਭ ਦੇ ਲਈ ਹਰ ਮਹੀਨਾ ਵਧੀਆ ਹੀ ਜਾਵੇ। ਅਤੇ ਕੀ ਕਰਨਾ ਤੁਸੀਂ, ਧਾਰਮਿਕ ਸਥਾਨ 'ਤੇ ਜਾਣਾ, ਮੱਥਾ ਟੇਕਣਾ, ਪੀਲੇ ਫੁੱਲ ਚੜ੍ਹਾਉਣਾ, ਅਤੇ ਪੀਲੀ ਦਾਲ ਦਾਨ ਕਰਨਾ, ਅਤੇ ਅੱਜ 10ਵੀਂ 'ਤੇ ਸੂਰਜ ਦੇ ਰਾਸ਼ੀ ਪਰਿਵਰਤਨ ਕਰਕੇ ਪੇੜ ਲਗਾਉਣਾ, ਖਾਸ ਤੌਰ 'ਤੇ ਤਰਵੈਣੀ ਜਾਂ ਪਿੱਪਲ ਦਾ ਪੇੜ ਲਗਾਉਣਾ ਤੁਹਾਡੇ ਲਈ ਬੜਾ ਸ਼ੁਭ ਫਲ ਦੇਵੇਗਾ। ਲਗਾਓ ਤਾਂ ਸਹੀ, ਕੁਦਰਤ ਦਾ ਆਸ਼ੀਰਵਾਦ ਵੀ ਮਿਲੇਗਾ। ਅਤੇ ਹੁਣ ਆਪਾਂ ਜਾਣਦੇ ਹਾਂ ਕੀ ਕਹਿੰਦੇ ਆ ਤੁਹਾਡੇ ਸਿਤਾਰੇ, ਸੂਰਜ ਦਾ ਰਾਸ਼ੀ ਪਰਿਵਰਤਨ, ਸੰਗਰਾਂਦ ਦਾ ਦਿਨ, ਕਰਕ ਰਾਸ਼ੀ ਵਿੱਚ ਸੂਰਜ ਦਾ ਬੈਠਣਾ। ਸਭ ਤੋਂ ਪਹਿਲਾਂ ਜਾਣਦੇ ਹਾਂ ਇਸ ਦਾਨੀ ਮੇਸ਼ ਰਾਸ਼ੀ ਵਾਲੇ। ਮੇਸ਼ ਰਾਸ਼ੀ ਦੇ ਲਈ ਜੋ ਸੋਚ ਸਥਾਨ ਦਾ ਮਾਲਕ ਸੂਰਜ ਆਪਣੇ ਤੋਂ 12ਵੇਂ ਖਾਨੇ ਵਿੱਚ ਅਤੇ 4ਥੇ ਸਥਾਨ ਵਿੱਚ ਚਲਾ ਜਾਏਗਾ।
ਚੌਥਾ ਖਾਨਾ ਚੰਦਰ ਦਾ ਹੈ ਤੇ ਚੰਦਰ ਤੁਹਾਡਾ ਮਿੱਤਰ ਹੈ, ਸੂਰਜ ਵੀ ਮਿੱਤਰ ਹੀ ਹੈ, ਤਾਂ ਚੌਥੇ ਜਾ ਕੇ ਸੂਰਜ ਸ਼ੁਭ ਫਲ ਹੀ ਦੇਵੇਗਾ। ਬੁੱਧ ਸ਼ੁੱਕਰ ਨਾਲ ਜੁੱਤੀ ਬਣਾਏਗਾ। ਇਹ ਤਿੰਨੋਂ ਹੀ ਗ੍ਰਹਿ ਨੇਮ ਫੇਮ ਲਈ, ਘਰ ਲਈ, ਮਕਾਨ ਲਈ, ਪਲਾਟ ਲਈ ਚੰਗੇ ਆ। ਚੌਥਾ ਖਾਨਾ ਸੁੱਖਾਂ ਦਾ ਹੈ ਤਾਂ ਸੁੱਖਾਂ ਵਿੱਚ ਥੋੜ੍ਹਾ ਜਿਹਾ ਉਤਾਵਲਾਪਨ, ਬੇਚੈਨੀ ਵੱਧ ਸਕਦੀ ਹੈ, ਹੈ ਨਾ, ਮਤਲਬ ਸਾਡੇ ਅਨੁਸਾਰ ਚੀਜ਼ਾਂ ਨਹੀਂ ਹੋ ਰਹੀਆਂ, ਤਾਂ ਇਸ ਤੋਂ ਤੁਸੀਂ ਬਚਣਾ। ਮਾਤਾ ਦੀ ਸਿਹਤ ਬਿਲਕੁਲ ਠੀਕ ਹੁੰਦੀ ਜਾਏਗੀ ਅਤੇ ਨਾਲ ਹੀ ਕੋਈ ਗੱਡੀ ਵਗੈਰਾ ਲੈਣੀ ਹੈ ਤੁਸੀਂ ਤਾਂ ਇਹ ਮਹੀਨਾ ਤੁਹਾਨੂੰ ਬੈਸਟ ਰਿਜ਼ਲਟ ਦੇ ਸਕਦਾ। ਠੀਕ ਹੈ ਜੀ, ਉਪਾਅ ਵੈਸੇ ਕੁਝ ਜ਼ਿਆਦਾ ਨਹੀਂ ਕਰਨਾ। ਵਿਦੇਸ਼ ਲਈ ਵੀ ਸਿਤਾਰੇ ਚੰਗੇ ਹੀ ਆ, ਮਿੱਤਰ ਹੈ ਤੁਹਾਡਾ ਸੂਰਜ, ਚੰਗੇ ਫਲ ਦੇਵੇਗਾ। ਅਗਰ ਕੋਈ ਪਰੇਸ਼ਾਨੀ ਆ ਰਹੀ ਹੋਵੇ ਤਾਂ ਸੂਰਜ ਨੂੰ ਸ਼ੁਭ ਕਰਨ ਲਈ ਗੁੜ ਗਾਂ ਨੂੰ ਖਿਲਾ ਸਕਦੇ। ਟੌਰਸ ਯਾਨੀ ਬ੍ਰਿਖ ਰਾਸ਼ੀ, ਮਿੱਤਰ ਨਹੀਂ ਹੈ ਸੂਰਜ ਪਰ ਤੀਜੇ ਖਾਨੇ ਦਾ ਮਾਲਕ, ਚੌਥੇ ਖਾਨੇ ਦਾ ਸੁੱਖਾਂ ਦਾ ਮਾਲਕ ਹੈ ਅਤੇ ਤੀਜੇ ਖਾਨੇ ਵਿੱਚ ਜਾਏਗਾ। ਹਿੰਮਤ ਸਥਾਨ ਵਿੱਚ ਬੈਠਾ ਹੋਇਆ ਸੂਰਜ ਹਿੰਮਤ ਨਾਲ ਕੀਤੇ ਕੰਮ ਸੂਰਜ ਦੀ ਤਰ੍ਹਾਂ ਚਮਕਾ ਦੇਵੇਗਾ। ਯਾਨੀ ਕਿਸੇ ਵੀ ਕੰਮ ਨੂੰ ਲੇਜ਼ੀਪਨ ਨਾਲ ਨਹੀਂ ਕਰਦੇ ਸਮਝੋ ਤੁਸੀਂ, ਤਾਂ ਇਹ ਮਹੀਨਾ ਤੁਹਾਨੂੰ ਕਾਫ਼ੀ ਸ਼ੁਭ ਫਲ ਦੇ ਸਕਦਾ ਹੈ। ਤਾਂ ਕਾਫ਼ੀ ਚੀਜ਼ਾਂ ਤੁਹਾਡੇ ਆਪਣੇ ਹੱਥ 'ਚ ਨੇ, ਤਾਂ ਸ਼ੁਭਤਾ ਲੈਣ ਦੇ ਲਈ ਹਿੰਮਤ ਕਰੋ, ਹਰ ਕੰਮ ਵਿੱਚ ਪਹਿਲ ਕਦਮੀ ਨਾਲ ਅੱਗੇ ਵਧੋ, ਕਾਮਯਾਬੀ ਤੁਹਾਨੂੰ ਜ਼ਰੂਰ ਮਿਲੇਗੀ। ਇਹ ਜੋ ਸੌਣ ਦਾ ਮਹੀਨਾ ਕਾਫ਼ੀ ਸਫਲਤਾ ਦੇ ਸਕਦਾ। ਜੈਮਿਨੀ ਯਾਨੀ ਮਿਥੁਨ ਰਾਸ਼ੀ ਵਾਲਿਆਂ ਦੇ ਲਗਨ 'ਚ ਸੀ ਸੂਰਜ ਅਤੇ ਹੁਣ ਇੱਥੋਂ ਨਿਕਲ ਕੇ ਜਾਏਗਾ ਧਨ ਸਥਾਨ ਵਿੱਚ। ਪਰਾਕ੍ਰਮ ਹਿੰਮਤ ਦਾ ਮਾਲਕ, ਧਨ ਸਥਾਨ ਵਿੱਚ ਜਾਣਾ ਵਧੀਆ ਹੈ, ਪਰ ਪੈਸੇ ਨੂੰ ਲੈ ਕੇ ਭਾਈ ਭੈਣ ਨਾਲ ਬੈਸਬਾਜ਼ੀ ਅਤੇ ਨੁਕਸਾਨ ਤੋਂ ਬਚੋ। ਉਹਨਾਂ ਦੇ ਨਾਲ ਹਰ ਤਰ੍ਹਾਂ ਦਾ ਕੰਮ ਪੇਪਰ ਵਰਕ ਨਾਲ ਕਰੋ, ਨਹੀਂ ਤਾਂ ਰਿਸ਼ਤੇ ਖਰਾਬ ਹੋ ਜਾਣਗੇ। ਆਲੇ ਦੁਆਲੇ ਤੋਂ ਵੀ ਕਿਸੇ ਕੋਰਟ ਕੇਸ ਤੋਂ ਵੀ ਬਚਣਾ ਹੈ। ਸੂਰਜ ਬੁੱਧ ਸ਼ੁੱਕਰ ਤੁਹਾਡੇ ਲਗਨ ਦੇ ਮਾਲਕ ਨਾਲ ਸੂਰਜ ਬੈਠੇਗਾ, ਮਿੱਤਰ ਹੀ ਹੈ, ਪਰ ਕਹਿੰਦੇ ਆ ਜਿਸ ਜਗ੍ਹਾ ਬੈਠਦਾ ਉਸ ਜਗ੍ਹਾ ਦਾ ਧੂੰਆਂ ਘੜਦਾ ਹੀ ਆ। ਤਾਂ ਸੂਰਜ ਕਿਉਂਕਿ ਅਗਨੀ ਤੱਤਵ ਗ੍ਰਹਿ ਆ, ਤਾਂ ਪੈਸੇ ਦੇ ਲੈਣ ਦੇਣ ਨੂੰ ਬਹੁਤ ਧਿਆਨ ਨਾਲ ਇਸ ਮਹੀਨੇ ਕਰਨਾ ਚਾਹੀਦਾ ਹੈ। ਬਾਕੀ ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈ। ਵਾਣੀ ਨਾਲ ਸੰਬੰਧਿਤ ਐਡਵਾਈਸ ਦੇਣ ਵਾਲੇ ਲਾਇਰ ਵਗੈਰਾ ਹੋ ਤੁਸੀਂ, ਤਾਂ ਕਿਸੇ ਵੀ ਫਾਈਨਾਂਸ ਦਾ ਕੰਮ ਕਰਦੇ ਹੋ ਤਾਂ ਤੁਹਾਨੂੰ ਚੰਗਾ ਫਾਇਦਾ ਹੋਣ ਵਾਲਾ ਹੈ ਅਤੇ ਚੰਗੀ ਇਨਕਮ ਹੋਣ ਵਾਲੀ। ਕੈਂਸਰ ਕਰਕ ਰਾਸ਼ੀ ਵਾਲਿਆਂ ਦੇ ਲਗਨ ਵਿੱਚ ਆ ਜਾਏਗਾ ਜੀ ਸੂਰਜ, ਧਨ ਸਥਾਨ ਦਾ ਮਾਲਕ, ਬਹੁਤ ਹੀ ਅੱਛਾ। ਰਾਜਨੀਤਿਕ ਵਿੱਚ, ਰਾਜਨੀਤੀ 'ਚ ਇੰਟਰਸਟ ਲੈਣ ਵਾਲੇ ਜਾਂ ਰਾਜਨੀਤਿਕ ਪੋਸਟ ਲਈ ਤੁਸੀਂ ਕੋਈ ਭੱਜ ਨੱਠ ਕਰ ਰਹੇ ਸੀ, ਤਾਂ ਉਹ ਤੁਹਾਡਾ ਨਾਮ ਵਧਣ ਵਾਲਾ ਹੈ, ਤੁਹਾਨੂੰ ਉਹ ਪੋਸਟ ਮਿਲਣ ਵਾਲੀ ਹੈ। ਸਰਕਾਰੀ ਨੌਕਰੀ ਵਿੱਚ ਤਰੱਕੀ ਲਈ ਵੀ ਇਹ ਮਹੀਨਾ ਤੁਹਾਨੂੰ ਪੂਰੀ ਤਰ੍ਹਾਂ ਨਾਲ ਸਾਥ ਤੁਹਾਡਾ ਦੇ ਸਕਦਾ ਹੈ। ਸਿਤਾਰੇ ਕਿਸਮਤ ਦੇ ਚਮਕਾ ਸਕਦੇ ਹੋ, ਤੁਸੀਂ ਆਪਣਾ ਨਾਮ ਵਧਾਉਣ ਦੇ ਲਈ ਅੱਛੀ ਮਿਹਨਤ ਅਨੁਸਾਰ ਅਫਸਰਾਂ ਦਾ ਰੁੱਖ ਤੁਹਾਡੇ ਪ੍ਰਤੀ ਚੰਗਾ ਰਹੇਗਾ। ਠੀਕ ਹੈ, ਕੋਈ ਜ਼ਿਆਦਾ ਉਪਾਅ ਕਰਨ ਦੀ ਜ਼ਰੂਰਤ ਨਹੀਂ ਹੈ, ਪਰ ਮਹੀਨਾ ਭਰ ਤੁਸੀਂ ਗੁੜ ਨਹੀਂ ਖਾਣਾ ਜਦੋਂ ਤੱਕ ਸ਼ੁੱਕਰ ਲੱਗਣ ਵਿੱਚ ਹੈ, ਨਹੀਂ ਤਾਂ ਗੁੜ ਜੋ ਸੂਰਜ ਦਾ ਕਾਰਕ ਮੰਨਿਆ ਜਾਂਦਾ ਹੋਰ ਜ਼ਿਆਦਾ ਗਰਮੀ ਰਹੇਗਾ ਸਿਹਤ। ਅਗਲੀ ਰਾਸ਼ੀ ਦੀ ਗੱਲ ਕਰਦੇ ਹਾਂ ਆਪਾਂ, ਲੀਓ ਯਾਨੀ ਸਿੰਘ ਰਾਸ਼ੀ ਵਾਲੇ, ਤੁਹਾਡੇ ਲਗਨ ਤੁਹਾਡੀ ਰਾਸ਼ੀ ਦਾ ਮਾਲਕ ਹੀ ਹੈ ਜੀ ਸੂਰਜ, ਤੁਹਾਡੀ ਰਾਸ਼ੀ ਤੋਂ 12ਵੇਂ ਸਥਾਨ ਵਿੱਚ ਜਾਏਗਾ। ਹੁਣ ਦੇਖਿਆ ਜਾਵੇ ਤਾਂ 12ਵਾਂ ਖਾਨਾ ਖਰਚ ਦਾ ਮੰਨਿਆ ਜਾਂਦਾ, ਮੋਕਸ਼ ਦਾ ਮੰਨਿਆ ਜਾਂਦਾ, ਤਾਂ ਵਿਦੇਸ਼ ਲਈ ਤਾਂ ਬਹੁਤ ਅੱਛੇ ਸਿਤਾਰੇ ਹੋਏ, ਤੁਸੀਂ ਖੁਦ ਹੀ ਜਾ ਕੇ 12ਵੇਂ ਸਥਾਨ ਵਿੱਚ ਬੈਠ ਗਏ, ਤਾਂ ਧਨ ਲਈ ਅਤੇ ਖਰਚੇ ਲਈ ਕੁਛ ਜ਼ਿਆਦਾ ਸੇਵਿੰਗ ਤਕਰੀਬਨ ਲੱਗੇਗਾ, ਖਤਮ ਹੀ ਹੋ ਰਹੀ ਹੈ, ਖਰਚੇ ਕੁਛ ਜ਼ਿਆਦਾ ਹੀ ਵਧੇ ਹੋਏ ਆ। ਅਤੇ ਦੂਸਰਾ ਵਿਦੇਸ਼ ਲਈ ਸਿਤਾਰੇ ਚੰਗੇ। ਤੀਸਰਾ ਥੋੜ੍ਹੀ ਜਿਹੀ ਖੱਜਲ ਖੁਆਰੀ ਰਹੇਗੀ ਕਿਉਂਕਿ ਲਗਨ ਦਾ ਮਾਲਕ 12ਵੇਂ ਸਥਾਨ ਵਿੱਚ ਬੈਠੇਗਾ। ਬਦਨਾਮੀ ਤੋਂ ਬਚਣਾ ਤੁਸੀਂ, ਗੁੱਸੇ ਤੋਂ ਬਚਣਾ, ਆਪਣੀਆਂ ਅੱਖਾਂ ਚੈੱਕ ਕਰਾਉਂਦੇ ਰਹਿਣਾ ਹੈ। ਸ਼ੁਭਤਾ ਇਹ ਰਹੇਗੀ ਕਿ ਰੁਕੇ ਹੋਏ ਕੰਮਾਂ ਦੇ ਲਈ ਆਲੇ ਦੁਆਲੇ ਸਰਕਲ ਅਤੇ ਪਰਿਵਾਰ ਦਾ ਸਾਥ ਮਿਲਣਾ ਸ਼ੁਰੂ ਹੋ ਜਾਏਗਾ। ਬਿਜ਼ਨਸ ਕੰਮਕਾਰ ਲਈ ਰੁਕੇ ਹੋਏ ਕੰਮ ਅੱਗੇ ਵੱਧ ਜਾਣਗੇ। ਅਗਲੀ ਰਾਸ਼ੀ ਵਰਗੋ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਦੇਖੀਏ ਤਾਂ 12ਵੇਂ ਖਾਨੇ ਦਾ ਮਾਲਕ ਇਨਕਮ ਸਥਾਨ ਵਿੱਚ ਚਲਾ ਗਿਆ। ਵੱਡੇ ਵੱਡੇ ਖਰਚੇ ਹੋ ਸਕਦੇ, ਕੋਈ ਗੱਡੀ ਚੇਂਜ ਕਰਨਾ ਚਾਹੁੰਦੇ ਹੋ ਉਹ ਲੈ ਸਕਦੇ ਹੋ ਤੁਸੀਂ। ਸ਼ੁੱਕਰ ਇਨਕਮ ਸਥਾਨ ਵਿੱਚ, ਕਿਸਮਤ ਸਥਾਨ ਦਾ ਮਾਲਕ ਪੈਸਾ ਦੇ ਰਿਹਾ ਪਰ ਨਾਲੋਂ ਨਾਲ ਖਰਚ ਵੀ ਹੋ ਰਿਹਾ।
ਇੱਦਾਂ ਦੀ ਸਿਚੁਏਸ਼ਨ ਬਣਨ ਵਾਲੀ ਹੈ, ਕਿਸੇ ਦੀ ਮਦਦ ਵੀ ਕਰੋਗੇ ਤੁਸੀਂ, ਤਾਂ ਕਹਿ ਸਕਦੇ ਹਾਂ ਮਿਲਿਆ ਜੁਲਾ ਜਿਹਾ ਪ੍ਰਭਾਵ ਤੁਹਾਡਾ ਇਸ ਮਹੀਨੇ ਰਹਿਣ ਵਾਲਾ ਹੈ। ਜਿਸ ਤਰ੍ਹਾਂ ਤੁਸੀਂ ਆਪਣੇ ਮਨ ਅਤੇ ਦਿਮਾਗ ਨੂੰ ਲੈ ਕੇ ਚੱਲਦੇ ਹੋ, ਤਾਂ ਉਸੇ ਤਰ੍ਹਾਂ ਹੀ ਸੂਰਜ ਅਤੇ ਬੁੱਧ ਅਤੇ ਸ਼ੁੱਕਰ ਦੀ ਜੁੱਤੀ ਤੁਹਾਨੂੰ ਅੱਗੇ ਵਧਣ ਵਿੱਚ ਕਾਮਯਾਬੀ ਦੇਵੇਗੀ। ਲਿਬਰਾ ਤੁਲਾ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਤਾਂ ਇਹ ਸੌਣ ਦਾ ਮਹੀਨਾ ਤੁਲਾ ਰਾਸ਼ੀ ਵਾਲਿਆਂ ਦੇ ਲਈ ਅੱਛਾ, ਕਿਉਂ? ਕਿਉਂਕਿ 10ਵੇਂ ਸਥਾਨ ਵਿੱਚ ਸੂਰਜ ਬੈਠੇਗਾ ਜੋ ਤੁਹਾਡੀ ਇਨਕਮ ਦਾ ਮਾਲਕ ਹੈ, ਤਾਂ ਇਨਕਮ ਸਰਕਾਰ ਦੇ ਖਾਨੇ 'ਚ ਕਰਮ ਸਥਾਨ ਵਿੱਚ ਚਲੇਗੀ, ਤਾਂ ਕੰਮ ਤੋਂ ਪੈਸਾ ਆਏਗਾ, ਸਰਕਾਰ ਤੋਂ ਪੈਸਾ ਆਏਗਾ। ਕੋਈ ਪੈਨਸ਼ਨ ਵਗੈਰਾ ਲਗਾਉਣੀ ਸੀ ਤੁਸੀਂ, ਜਾਂ ਕੋਈ ਸਰਕਾਰੀ ਨੌਕਰੀ ਲਈ ਅਪਲਾਈ ਕਰ ਲਏ ਸੀ, ਤਾਂ ਕੋਈ ਨਾ ਕੋਈ ਤੁਹਾਡੀ ਮਦਦ ਕਰ ਦੇਵੇਗਾ, ਜਿਸ ਨਾਲ ਮਨ ਵੀ ਖੁਸ਼, ਅੱਛੇ ਲੋਕਾਂ ਨਾਲ ਸੰਬੰਧ ਵਧਣਗੇ ਇਸ ਮਹੀਨੇ ਤੋਂ। ਕੋਈ ਉਪਾਅ ਕਰਨ ਦੀ ਜ਼ਰੂਰਤ ਨਹੀਂ ਹੈ, ਭਾਵੇਂ ਸੂਰਜ ਤੁਹਾਡਾ ਮਿੱਤਰ ਨਹੀਂ ਹੈ ਪਰ ਨੁਕਸਾਨ ਕਿਸੇ ਤਰ੍ਹਾਂ ਨਹੀਂ ਕਰੇਗਾ, ਪਰ ਕੋਸ਼ਿਸ਼ ਕੇ ਇਹ ਕਰਨੀ ਕਿ ਪਿਤਾ ਨਾਲ ਬਹਿਸਬਾਜ਼ੀ ਨਹੀਂ ਕਰਨੀ ਅਤੇ ਉਹਨਾਂ ਦੇ ਪੈਰੀਂ ਹੱਥ ਲਗਾ ਕੇ ਜਾਣਾ, ਤਾਂ ਸਮਝੋ ਇਹ ਸੂਰਜ ਤੁਹਾਨੂੰ ਕਾਮਯਾਬੀ ਦੇ ਜਾਏਗਾ। ਸਕੋਰਪੀਓ ਵ੍ਰਿਸ਼ਚਿਕ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਨਾਲ ਜੋ 10ਵੇਂ ਖਾਨੇ ਦਾ ਮਾਲਕ ਜਾਏਗਾ 9ਵੇਂ ਖਾਨੇ ਵਿੱਚ, ਬਹੁਤ ਹੀ ਅੱਛਾ। ਸਰਕਾਰੀ ਨੌਕਰੀ ਲਈ ਕੋਈ ਟੈਸਟ ਦੇਣ ਦੀ ਤੁਸੀਂ ਵੀ ਇੰਟਰਸਟ ਲਵੋਗੇ ਅਤੇ ਆਲੇ ਦੁਆਲੇ ਕਿਤਾਬਾਂ ਖੋਲ੍ਹਣੀਆਂ ਸ਼ੁਰੂ ਕਰ ਦੋਗੇ ਕਿ ਕਿੱਦਾਂ ਕਿਹੜਾ ਟੈਸਟ ਕਲੀਅਰ ਕੀਤਾ ਜਾ ਸਕਦਾ ਹੈ, ਸਰਕਾਰੀ ਨੌਕਰੀ ਅਪਲਾਈ ਕੀਤਾ ਜਾ ਸਕਦਾ ਹੈ ਜਾਂ ਕਰਨਾ ਚਾਹੀਦਾ, ਤਾਂ ਉਸ ਵਿੱਚ ਤੁਹਾਡੀ ਇਸ ਮਹੀਨੇ ਦੀ ਕੀਤੀ ਮਿਹਨਤ ਤੁਹਾਨੂੰ ਵੀ ਰੰਗ ਲਿਆਉਣਾ। ਬਾਕੀ ਜੋ ਸੂਰਜ ਬੁੱਧ ਦੀ ਜੁੱਤੀ ਹੈ ਉਹ ਤਾਂ ਚਲੋ ਮੰਗਲ ਨੂੰ ਨੇਕ ਕਰੇਗੀ, ਤੁਹਾਡੇ ਲਗਨ ਦਾ ਮਾਲਕ ਹੈ ਅਤੇ ਲਗਨ ਦਾ ਮਾਲਕ ਪਹਿਲਾਂ ਤੋਂ ਹੀ ਬੜੀ ਮਜ਼ਬੂਤੀ ਨਾਲ ਮੰਗਲ ਬ੍ਰਹਿਸਪਤ ਯਾਨੀ ਧਨ ਸਥਾਨ ਦਾ ਮਾਲਕ 7ਵੇਂ ਸਥਾਨ ਵਿੱਚ ਹੈ, ਤਾਂ ਬਹੁਤ ਅੱਛਾ ਹੈ ਸਾਉਣ ਦਾ ਮਹੀਨਾ ਤੁਹਾਡਾ ਜਾਣ ਵਾਲਾ ਹੈ। ਯਾਤਰਾ ਲਈ ਵੀ, ਵਿਦੇਸ਼ ਯਾਤਰਾ ਲਈ ਵੀ, ਕੰਮਾਂ ਕਾਰਾਂ ਲਈ ਵੀ ਕੋਈ ਉਪਾਅ ਕਰਨ ਦੀ ਜ਼ਰੂਰਤ ਨਹੀਂ, ਬਸ ਪਿੱਤਲ ਦੇ ਗਲਾਸ 'ਚ ਪਾਣੀ ਜ਼ਰੂਰ। ਸੈਜੀਟੇਰੀਅਸ ਧਨੁ ਰਾਸ਼ੀ ਵਾਲਿਆਂ ਦੇ ਇਹ ਸਾਉਣ ਦਾ ਮਹੀਨਾ ਕਾਫੀ ਅੱਛਾ, ਕਿਉਂਕਿ ਜੋ ਸੂਰਜ ਹੈ ਉਹ ਤੁਹਾਡੀ ਕਿਸਮਤ ਦਾ ਮਾਲਕ ਹੈ, ਪਰ ਸਿਹਤ ਲਈ ਅੱਛਾ ਨਹੀਂ ਹੈ, ਕੰਮ ਕਾਰ ਲਈ ਅੱਛਾ ਹੈ, ਦਿਮਾਗੀ ਉਲਝੇਵੇਂ ਲਈ ਅੱਛਾ ਨਹੀਂ ਹੈ, ਗੁੱਸੇ ਲਈ ਅੱਛਾ ਨਹੀਂ ਹੈ, ਪਰ ਅੱਛਾ ਇਸ ਕਰਕੇ ਆ ਕਿਉਂਕਿ ਬੁੱਧ ਨੇ ਜੋ 8ਵੇਂ ਬੈਠ ਕੇ ਇਕੱਲੇ ਨੇ ਥੋੜ੍ਹੀ ਤੁਹਾਨੂੰ ਸਿਹਤ ਪ੍ਰਤੀ ਪਰੇਸ਼ਾਨੀ ਜ਼ਿਆਦਾ ਦਿੱਤੀ ਸੀ, ਤਾਂ ਸੂਰਜ ਜਾ ਕੇ ਇਸਨੂੰ ਬੈਲੈਂਸ ਕਰਨ ਦੀ ਕੋਸ਼ਿਸ਼ ਕਰੇਗਾ। ਸੂਰਜ ਬੁੱਧ ਸ਼ੁੱਕਰ ਦੀ ਜੁੱਤੀ ਮੰਗਲ ਨੂੰ ਨੇਕ ਕਰੇਗੀ ਅਤੇ ਮੰਗਲ ਜੋ ਹੈ ਤੁਹਾਡੀ ਪੇਟ ਸੰਬੰਧੀ ਪਰੇਸ਼ਾਨੀਆਂ ਨੂੰ ਠੀਕ ਕਰਨ ਵਿੱਚ ਮਦਦਗਾਰ ਸਾਬਤ ਹੋਏਗਾ। ਮਿੱਠਾ ਖਾ ਕੇ ਪਾਣੀ ਦਾ ਘੁੱਟ ਪੀ ਕੇ ਕੀਤੀ ਗਈ ਸ਼ੁਰੂਆਤ ਹਰ ਕੰਮ ਦੀ ਚੰਗਾ ਫਾਇਦਾ ਦੇਵੇਗੀ। ਕੈਪਰੀਕੋਨ ਮਕਰ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਤਾਂ ਸੂਰਜ 8ਵੇਂ ਖਾਨੇ ਦਾ ਮਾਲਕ 7ਵੇਂ ਸਥਾਨ ਵਿੱਚ ਜਾਏਗਾ, ਤਾਂ ਲਾਈਫ ਪਾਰਟਨਰ ਦੀ ਸਿਹਤ ਥੋੜ੍ਹੀ ਖਰਾਬ ਕਰੇਗਾ ਕਿਉਂਕਿ ਅਸ਼ਟਮੇਸ਼ ਹੈ, ਅਤੇ ਥੋੜ੍ਹੀਆਂ ਸਰਕਾਰੀ ਤੌਰ 'ਤੇ ਉਲਝੇਵੇਂ ਵੀ ਵਧਾਏਗਾ, ਉਤਾਵਲਾਪਨ ਬੇਚੈਨੀ ਅਤੇ ਗੁੱਸਾ ਇਰੀਟੇਸ਼ਨ ਵਧਾ ਸਕਦਾ ਹੈ, ਕਿਉਂਕਿ ਸੂਰਜ ਮਿੱਤਰ ਨਹੀਂ ਹੈ ਅਤੇ ਸੂਰਜ ਦੀ ਅਗਨੀ ਗਰਮੀ ਸਰੀਰ ਮਨ ਦਿਮਾਗ ਤਿੰਨਾਂ ਨੂੰ ਪਰੇਸ਼ਾਨ ਕਰੇਗੀ, ਤਾਂ ਕੋਸ਼ਿਸ਼ ਕਰਨੀ ਹੈ ਮਕਰ ਰਾਸ਼ੀ ਵਾਲਿਆਂ ਨੇ ਕਿ ਸੂਰਜ ਦੇ ਫਲ ਨੂੰ ਸ਼ੁਭ ਕਰਨ ਲਈ ਨਮਕ ਦਾ ਸੇਵਨ ਘੱਟ ਕਰਨਾ, ਨਮਕ ਧਾਰਮਿਕ ਸਥਾਨ 'ਤੇ ਦਿੰਦੇ ਰਹਿਣਾ ਅਤੇ ਹਰ ਕੰਮ ਪਹਿਲਾਂ ਸੋਚੋ ਅਤੇ ਫਿਰ ਬੋਲੋ, ਇਹ ਅਗਰ ਤੁਸੀਂ ਆਪਣੇ ਦਿਮਾਗ 'ਚ ਰੱਖ ਕੇ ਚੱਲਦੇ ਹੋ ਤਾਂ ਕਾਫੀ ਉਲਝੇਵਿਆਂ 'ਚੋਂ ਨਿਕਲ ਸਕਦੇ। ਅਕਿਊਰਸ ਯਾਨੀ ਕੁੰਭ ਰਾਸ਼ੀ ਵਾਲੇ ਸਿਤਾਰੇ ਕੁੰਭ ਰਾਸ਼ੀ ਵਾਲਿਆਂ ਦੇ 7ਵੇਂ ਖਾਨੇ ਦਾ ਮਾਲਕ 6ਵੇਂ ਖਾਨੇ ਨਾਲ, ਤਾਂ ਸਮਝੋ ਲਾਈਫ ਪਾਰਟਨਰ ਨਾਲ ਜਾਂ ਕਿਸੇ ਵੀ ਕੰਮਕਾਰ ਪ੍ਰਤੀ ਜਾਂ ਬਿਜ਼ਨਸ ਦੇ ਵਿੱਚ ਉਲਝੇਵੇਂ ਪ੍ਰਤੀ ਕੋਈ ਸਰਕਾਰੀ ਨੋਟਿਸ ਤੁਹਾਨੂੰ ਮਿਲ ਸਕਦਾ, ਜਾਂ ਕੋਈ ਲੋਨ ਲੈਣ ਲਈ ਕੋਈ ਤੁਸੀਂ ਅਪਲਾਈ ਕੀਤਾ ਸੀ ਉਹਦੇ ਵਿੱਚ ਵੀ ਪਰੇਸ਼ਾਨੀ ਤੁਹਾਡੀ ਵੱਧ ਸਕਦੀ। ਤਾਂ ਸੂਰਜ ਨੂੰ ਸ਼ੁਭ ਕਰਨ ਦੇ ਲਈ ਕੀ ਕਰਨਾ, ਤੁਸੀਂ ਕੀੜਿਆਂ ਨੂੰ ਸ਼ੱਕਰ ਆਟਾ ਪਾਉਂਦੇ ਰਹਿਣਾ ਅਤੇ 7ਵੇਂ ਜੋ 6ਵੇਂ ਸਥਾਨ ਵਿੱਚ ਯਾਨੀ 6ਵੇਂ ਸਥਾਨ ਵਿੱਚ ਗਿਆ ਹੈ ਤਾਂ ਇਸ ਦੇ ਲਈ ਵੀ ਬਾਂਦਰਾਂ ਨੂੰ ਵੀ ਖਾਣਾ ਤੁਸੀਂ ਦੇ ਸਕਦੇ, ਠੀਕ ਹੈ ਜੀ। ਨਾਲ ਕੁੰਭ ਰਾਸ਼ੀ ਵਾਲਿਆਂ ਨੇ ਇਹ ਵੀ ਦੇਖਣਾ ਹੈ ਕਿ ਕਿਉਂਕਿ 7ਵੇਂ ਸਥਾਨ ਦਾ ਮਾਲਕ ਹੈ ਤਾਂ ਘਰ ਤੋਂ ਨਿਕਲਦੇ ਸਮੇਂ ਹਮੇਸ਼ਾ ਤੁਲਸੀ ਦੇ ਪੱਤੇ ਦਾ ਸੇਵਨ, ਪਤਾਸੇ ਦਾ ਸੇਵਨ ਜਾਂ ਪਾਣੀ ਦਾ ਘੁੱਟ ਪੀ ਕੇ ਚੱਲੋ। ਪਾਈਸਿਸ ਮੀਨ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਤਾਂ 6ਵੇਂ ਖਾਨੇ ਦਾ ਮਾਲਕ ਗਿਆ ਸੋਚ ਸਥਾਨ ਵਿੱਚ, ਤਾਂ ਵਿਦਿਆਰਥੀਆਂ ਲਈ ਅੱਛਾ ਹੈ, ਕੰਮਕਾਰ ਆਪਣਾ ਕਰਨ ਵਾਲਿਆਂ ਲਈ ਅੱਛਾ, ਬਿਜ਼ਨਸ ਕਰਨ ਵਾਲਿਆਂ ਲਈ ਵੀ ਅੱਛਾ ਹੈ, ਔਲਾਦ ਦੇ ਲਈ ਤੁਸੀਂ ਅੱਗੇ ਵਧਣ ਲਈ ਕੋਈ
ਵਿਦੇਸ਼ ਸੰਬੰਧੀ ਸੋਚ ਰਹੇ ਹੋ ਜਾਂ ਕੋਈ ਨੌਕਰੀ ਕੰਮ ਕਰ ਲਈ ਸੋਚ ਰਹੇ ਹੋ ਜਾਂ ਆਪਣਾ ਕੰਮ ਖੋਲ੍ਹਣ ਬਾਰੇ ਸੋਚ ਰਹੇ ਹਾਂ ਤਾਂ ਉਹਦੇ ਲਈ ਵੀ ਇਹ ਸੌਣ ਦਾ ਮਹੀਨਾ ਤੁਹਾਨੂੰ ਕਾਮਯਾਬ ਸੂਰਜ ਦੀ ਸਥਿਤੀ ਕਰਕੇ ਦੁਆ ਸਕਦਾ। ਪਰ ਛੇਵੇਂ ਖਾਨੇ ਦਾ ਮਾਲਕ ਹੋਣ ਕਰਕੇ ਅੱਖਾਂ ਬੰਦ ਕਰਕੇ ਪੈਸੇ ਦਾ ਲੈਣ ਦੇਣ ਕਰਨਾ ਨੁਕਸਾਨ ਕਰਾਏਗਾ। ਠੀਕ ਇਸੀ ਜੀ ਕਿਵੇਂ ਜਾਏਗਾ 12 ਰਾਸ਼ੀਆਂ ਲਈ ਸੌਣ ਦਾ ਮਹੀਨਾ, ਸੂਰਜ ਦਾ ਰਾਸ਼ੀ ਪਰਿਵਰਤਨ ਅਤੇ ਕੀ ਕਰਨਾ ਅਤੇ ਕੀ ਨਹੀਂ ਕਰਨਾ, ਇਸ 'ਤੇ ਆਪਾਂ ਚਰਚਾ ਕੀਤੀ। ਹੁਣ ਸਾਰਿਆਂ ਦੇ ਲਈ ਸੌਣ ਦਾ ਮਹੀਨਾ 4 ਨੰਬਰ ਯਾਨੀ ਕਿ ਕਰਕ ਰਾਸ਼ੀ ਵਿੱਚ ਚਲਾ ਜਾਏਗਾ। ਜਿਨ੍ਹਾਂ ਨੂੰ ਵੀ ਆਪਣੀ ਰਾਸ਼ੀ ਚੰਦਰ ਰਾਸ਼ੀ ਨਹੀਂ ਪਤਾ ਤਾਂ ਚੰਦਰ ਦੇ ਘਰ 'ਚ ਸੂਰਜ ਦਾ ਜਾਣਾ ਇਹ ਹੈ ਕਿ ਮਾਂ ਦੇ ਘਰ ਵਿੱਚ ਬੈਠਣਾ ਕਿਸੇ ਵੀ ਗ੍ਰਹਿਆਂ ਦਾ। ਹੁਣ 3 ਗ੍ਰਹਿ ਇਕੱਠੇ ਹੋਣਗੇ ਤਾਂ ਇਹ ਵਧੀਆ ਹੈ। ਤਾਂ ਤੁਸੀਂ ਕਿਸੇ ਜ਼ਰੂਰਤਮੰਦ ਨੂੰ ਸੰਗਰਾਂਦ ਵਾਲੇ ਦਿਨ ਜਾਂ ਕਦੇ ਵੀ ਰੋਟੀ ਸਬਜ਼ੀ ਅਚਾਰ, ਜ਼ਰੂਰਤਮੰਦ ਮਤਲਬ ਜੋ ਖਾਵੇ, ਹੈ ਨਾ, ਇਹ ਨਹੀਂ ਕਿ ਚੱਕ ਕੇ ਨਾਲ ਲੈ ਜਾਏ। ਤਾਂ ਕਿਸੇ ਮਜ਼ਦੂਰ ਨੂੰ ਖਾਣਾ ਖਿਲਾਓ ਜਾਂ ਜ਼ਰੂਰਤਮੰਦ ਭੁੱਖੇ ਨੂੰ ਖਾਣਾ ਖਿਲਾਉਣਾ, ਕਿਸੇ ਗਰੀਬ ਦੀ ਮਦਦ ਕਰਨਾ, ਇਸ ਮਹੀਨੇ ਬੜੇ ਸ਼ੁਭਤਾ ਦੇਵੇਗਾ। ਠੀਕ ਹੈ ਜੀ। ਅਤੇ ਹੁਣ ਸਮਾਂ ਇਜਾਜ਼ਤ ਦਾ, ਆਪ ਸਭ ਦਾ ਅੱਜ ਦਾ ਦਿਨ ਬਹੁਤ ਹੀ ਸ਼ੁਭ ਜਾਵੇ। ਖੁਸ਼ ਰਹੋ, ਮੁਸਕਰਾਉਂਦੇ ਰਹੋ ਅਤੇ ਮਹੀਨਾ ਸੌਣ ਦਾ ਜੋ ਚੜ੍ਹ ਰਿਹਾ ਨਾ ਅੱਜ ਤੋਂ, ਇਹ ਵੀ ਖੁਸ਼ੀਆਂ ਭਰਿਆ ਹੀ ਹੋਵੇ।